ਕੈਨੇਡਾ ਦੇ ਵਿਨੀਪੈਗ ਵਿੱਚ ਸਥਿਤ ਐਲਿਸ ਮੰਦਿਰ ਵਿੱਚ ਸ਼ਰਧਾਲੂਆਂ ਵੱਲੋਂ ਮਹਾਸ਼ਿਵਰਾਤਰੀ ਬਹੁਤ ਹੀ ਸ਼ਰਧਾ ਨਾਲ ਮਨਾਈ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ ਵੱਖ ਵੱਖ ਭਜਨ ਮੰਡਲੀਆਂ ਨੇ ਭਗਵਾਨ ਸ਼ਿਵ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ ਸੰਗਤਾਂ ਲਈ ਲੰਗਰ ਵੀ ਲਗਾਇਆ ਗਿਆ। ਸੇਵਾਦਾਰਾਂ ਵੱਲੋਂ ਸ਼ਰਧਾ ਭਾਵਨਾ ਨਾਲ ਸੇਵਾ ਕੀਤੀ ਗਈ, ਨਾਲ ਹੀ ਸ਼ਰਧਾਲੂਆਂ ਵੱਲੋਂ ਇੱਕ ਦੂਜੇ ਨੂੰ ਮਹਾਸ਼ਿਵਰਾਤਰੀ ਦੀ ਵਧਾਈ ਦਿੱਤੀ ਗਈ। ਜੈ ਭੋਲੇਨਾਥ, ਆਪ ਸਭੀ ਭਕਤਜਨੋ ਕੋ ਸ਼ਿਵਰਾਤਰੀ ਕੀ ਲੱਖ ਲੱਖ ਵਧਾਈ ਹੋ। ਔਰ ਜਿਨ ਮੰਦਿਰ ਮੇ ਸਦਸਿਆ ਜਨ ਮਿੱਤਰਗਨ ਪਿਆਰੇਗਨ ਬੈਠੇ ਹਨ, ਸਭੀ ਕਾ ਹਾਰਦਿਕ ਦਿਲ ਸੇ ਸਵਾਗਤ ਕਰਤੇ ਹਮ। ਐਲਿਸ ਮੰਦਿਰ ਦੇ ਵਿੱਚ ਅੱਜ ਮਹਾਸ਼ਿਵਰਾਤਰੀ ਦਾ ਪਰਮ ਉਤਸਵ ਮਨਾਇਆ ਜਾ ਰਿਹਾ। ਮੈਂ ਸਾਰੇ ਸ਼ਰਧਾਲੂਆਂ ਨੂੰ ਜਿਹੜੇ ਅੱਜ ਹੁੰਮ ਹੁੰਮ ਆ ਕੇ ਪੂਰੇ ਸ਼ਹਿਰ ਤੋਂ ਇੱਥੇ ਪੁੱਜੇ ਨੇ, ਮੈਂ ਉਹਨਾਂ ਨੂੰ ਜੀਆਂ ਨੂੰ ਕਹਿੰਦਾ ਔਰ ਮੁਬਾਰਕਬਾਦ ਦਿੰਦਾ ਸਾਰਿਆਂ 'ਤੇ। ਤੁਹਾਡੇ ਉੱਪਰ ਸਾਰੇ ਸ਼ਿਵ ਭਗਵਾਨ ਜੀ ਮੇਰੇ ਉੱਪਰ ਹੱਥ ਰੱਖਣ, ਤੁਹਾਨੂੰ ਖੁਸ਼ੀਆਂ ਮਿਲਣ, ਮੇਰੀ ਨਿੱਜੀ ਦੁਆ ਹੈ। ਤੁਸੀਂ ਅੱਜ ਇੱਥੇ ਅਸੀਂ ਕਿਚਨ ਦੇ ਵਿੱਚ ਖੜ੍ਹੇ ਹਾਂ ਔਰ ਤੁਸੀਂ ਦੇਖ ਰਹੇ ਹੋ ਕਿ ਮੇਰੇ ਪਿੱਛੇ ਸੰਗਤ ਜਿਹੜੀ ਆ ਉਹ ਲੰਗਰ ਛੱਕ ਰਹੀ ਹੈ ਔਰ ਇਸ ਪਾਸੇ ਲੰਗਰ ਵਰਤਾਇਆ ਜਾ ਰਿਹਾ। ਤੋ ਮੇਰੇ ਵੱਲੋਂ ਦੁਬਾਰਾ ਸਭ ਨੂੰ ਮੁਬਾਰਕਬਾਦ ਹੈ ਜੀ, ਸਾਰੇ ਤੁਸੀਂ ਖੁਸ਼ੀਆਂ ਮਾਣੋ। ਅੱਜ ਇਸ ਮਹਾਸ਼ਿਵਰਾਤਰੀ ਕੇ ਪਾਵਨ ਅਵਸਰ ਪਰ ਮੈਂ ਆਪਕੋ ਆਪਣੀ ਫੈਮਿਲੀ ਕੀ ਤਰਫ ਸੇ ਹਿੰਦੂ ਸੋਸਾਇਟੀ ਕੀ ਤਰਫ ਸੇ ਸਭਕੋ ਹਾਰਦਿਕ ਸ਼ੁਭਕਾਮਨਾਏ। ਨਮਸਕਾਰ ਸਾਰੇ ਵਿਨੀਪੈਗ ਵਾਸੀਆਂ ਨੂੰ, ਅਸੀਂ ਸ਼ਿਵਰਾਤਰੀ ਦੀ ਮੁਬਾਰਕਾਂ ਦਿੰਦੇ ਹਾਂ ਸਾਰੇ ਵਿਨੀਪੈਗ ਵਾਸੀਆਂ ਨੂੰ ਐਲਿਸ ਹਿੰਦੂ ਟੈਂਪਲ ਵੱਲੋਂ। ਸ਼ਿਵਰਾਤਰੀ ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ।